ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਦਾ ਗਾਇਆ ਹੋਇਆ ਸ਼ਬਦ ਤੇਰੇ ਬਾਂਕੇ ਲੋਇਣ ਦੰਤ ਰਿਸਾਲਾ ਸੋਹਣੇ ਨੱਕ ਜਿਨ ਲੰਮੜੇ ਵਾਲਾ, ਇਹ ਸ਼ਬਦ ਆਪਾਂ ਹਾਰਮੋਨੀਅਮ 'ਤੇ ਸਿੱਖਾਂਗੇ। ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਅਗਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਜਾਣ। ਕਿਉਂਕਿ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਾਂਗਾ ਉਸਦਾ ਨੋਟੀਫਿਕੇਸ਼ਨ ਤੁਹਾਡੀ ਫੋਨ ਦੀ ਸਕਰੀਨ 'ਤੇ ਆ ਜਾਵੇਗਾ। ਸੋ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਵੀਰਾਂ ਦਾ ਸਕੇਲ ਇਹਦੇ ਵਿੱਚ ਦੂਜਾ ਕਾਲਾ, ਭੈਣਾਂ ਦਾ ਸਕੇਲ ਪੰਜਵਾਂ ਕਾਲਾ। ਆਪਾਂ ਸ਼ੁਰੂ ਕਰਦੇ ਹਾਂ। ਤੇਰੇ ਬਾਂਕੇ ਲੋਇਣ ਦੰਤ ਰਿਸਾਲਾ, ਤੇਰੇ ਬਾਂਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਕੰਚਨ ਕਾਇਆ ਸੋਨੇ ਦੇਖਦੇ ਹਾਂ। ਸੋਵਨ ਟਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਰੇਲਿਓ, ਸੋਵਨ ਟਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲਿਓ, ਜਮ ਦੁਆਰ ਨਾ ਹੋ ਖੜੀਆਂ ਸਿੱਖ ਸੁਣੋ ਮਹੇਲਿਓ, ਜਮ ਸੁਣੋ ਮਹੇਲਿਓ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਕੰਚਨ ਕਾਇਆ ਸੋਨੇ ਕੀ ਟਾਲਾ, ਤੇਰੇ ਬਾਂਕੇ ਲੋਇਣ ਦੰਤ ਰਿਸਾਲਾ, ਦੇ ਸਕੇਲ ਤੁਸੀਂ ਹੁਣ ਆਪਾਂ ਭੈਣਾਂ ਦੇ ਸਕੇਲ। ਤੇਰੇ ਬਾਂਕੇ ਲੋਇਣ ਦੰਤ ਰਿਸਾਲਾ, ਤੇਰੇ ਬਾਂਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਸੋਨ ਟਾਲਾ ਕ੍ਰਿਸ਼ਨ ਮਾਲਾ ਜ
ਸੋ ਇਹ ਸੀ ਸ਼ਬਦ ਤੇਰੇ ਬਾਂਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ। ਇਹ ਸ਼ਬਦ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਨੇ ਗਾਇਆ ਹੋਇਆ ਹੈ ਅਤੇ ਆਪ ਜੀ ਯੂਟਿਊਬ ਤੋਂ ਉਹਨਾਂ ਦਾ ਸ਼ਬਦ ਲੱਭ ਕੇ ਸੁਣ ਸਕਦੇ ਹੋ ਅਤੇ ਸ਼ਬਦ ਅੱਗੇ ਸ਼ੇਅਰ ਜ਼ਰੂਰ ਕਰੋ ਆਪ ਜੀ ਨੂੰ ਜੋ ਇਹ ਟਿਊਟੋਰੀਅਲ ਬਣਾ ਕੇ ਯੂਟਿਊਬ 'ਤੇ ਸੈਂਡ ਕੀਤਾ ਹੈ ਇਹ ਆਪ ਜੀ ਅੱਗੇ ਸ਼ੇਅਰ ਜ਼ਰੂਰ ਕਰੋ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਣ ਅਤੇ ਜੋ ਵੀ ਆਪ ਜੀ ਸੁਝਾਅ ਦੇ ਸਕਦੇ ਹੋ ਵੀਡੀਓ ਨੂੰ ਅੱਗੇ ਤੋਂ ਹੋਰ ਵਧੀਆ ਢੰਗ ਦੇ ਨਾਲ ਬਣਾਉਣ ਦੇ ਲਈ ਸੋ ਉਹ ਸੁਝਾਅ ਜ਼ਰੂਰ ਕਮੈਂਟ ਦੇ ਵਿੱਚ ਲਿਖਣਾ ਅਤੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।